ਵਾਸਤੇ ਪਨਬਸ ਕੰਟਰੈਕਟ ਵਰਕਰ ਯੂਨੀਅਨ ਦੇ ਵੱਲੋਂ ਅੱਜ 2 ਘੰਟੇ ਜਿਹੜਾ ਬੱਸ ਸਟੈਂਡ ਬੰਦ ਰੱਖ ਕੇ ਜਿਹੜਾ ਪੰਜਾਬ ਸਰਕਾਰ ਦੇ ਖਿਲਾਫ ਨਾਰੇਬਾਜ਼ੀ ਕੀਤੀ ਜਾ ਰਹੀ ਹੈ। ਫਿਰੋਜ਼ਪੁਰ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਦੇਣਾ ਚਾਹੁੰਦੇ ਹਾਂ। ਫਿਰੋਜ਼ਪੁਰ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ, ਲਗਾਤਾਰ ਜਿਹੜੀ ਹੈ ਨਾਰੇਬਾਜ਼ੀ ਕੀਤੀ ਜਾ ਰਹੀ ਹੈਗੀ ਹੈ। ਕਾਫੀ ਦੇਰ ਤੋਂ ਜਿਹੜੀਆਂ ਮੰਗਾਂ ਹੈਗੀਆਂ ਉਹਨੂੰ ਲੈ ਕੇ ਜਿਹੜਾ ਅੱਜ 2 ਘੰਟੇ ਜਿਹੜਾ ਬੱਸ ਸਟੈਂਡ ਜਿਹੜਾ ਬੰਦ ਕੀਤੇ ਗਏ ਸੀਗੇ। ਇਹ ਫਿਰੋਜ਼ਪੁਰ ਦੀਆਂ ਤਸਵੀਰਾਂ ਹੈਗੀਆਂ ਨੇ ਜਿੱਥੇ ਰੋਸ ਪ੍ਰਦਰਸ਼ਨ ਜਿਹੜਾ ਕੀਤਾ ਜਾ ਰਿਹਾ ਹੈ। ਫਿਰੋਜ਼ਪੁਰ ਛੋਣੀ ਕਹਿਣ ਦੇ ਵਿੱਚ ਜਿਹੜਾ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ। ਤਸਵੀਰ ਦਿਖਾ ਚਾਹਨਾ ਕਿ ਬੱਸ ਸਟੈਂਡ ਦੇ ਵਿੱਚ ਜਿਹੜੀਆਂ ਸਰਕਾਰੀ ਬੱਸਾਂ ਜਿਹੜੀਆਂ ਨੇ ਪਨ ਬੱਸ ਦੀਆਂ ਉਹ ਖੜੀਆਂ ਹੋਈਆਂ ਨੇ, ਉਹ ਬਾਕੀ ਸਾਰਾ ਬੱਸ ਸਟੈਂਡ ਜਿਹੜਾ ਉਹ ਖਾਲੀ ਹੈ। ਬਾਹਰ ਜਿਹੜੀਆਂ ਬੱਸਾਂ ਖੜੀਆਂ ਹੋਈਆਂ ਨੇ, ਮੁਸਾਫਰ ਜਿਹੜਾ ਇੰਤਜ਼ਾਰ ਕਰ ਰਹੇ ਹੈਗੇ ਨੇ, ਪਰੇਸ਼ਾਨ ਵੀ ਹੋ ਰਿਹਾ। ਪਰ ਦੂਜੇ ਪਾਸੇ ਦੇਖੀਏ ਤਾਂ ਮੁਲਾਜ਼ਮ ਲਗਾਤਾਰ ਜਿਹੜਾ ਰੋਸ ਪ੍ਰਦਰਸ਼ਨ ਕਰਦੇ ਹੋਏ ਦਿਖਾਈ ਦੇ ਰਹੇ ਹੈਗੇ। ਸਾਡੇ ਨਾਲ ਪੰਜਾਬ ਪ੍ਰਧਾਨ ਰੇਸ਼ਮ ਗਿੱਲ ਵੀ ਮੌਜੂਦ ਨੇ, ਗੱਲਬਾਤ ਕਰਦੇ ਹੈਗੇ ਆ। ਰੇਸ਼ਮ ਜੀ, ਕਿਵੇਂ ਵੇਖਦੇ ਹੈਗੇ ਹੋ ਅੱਜ ਤੁਸੀਂ ਰੋਸ ਪ੍ਰਦਰਸ਼ਨ ਕਰ ਰਹੇ ਹੈਗੇ ਹੋ, ਕੀ ਮੰਗ ਕੀ ਹੈਗੀ ਹੈ? ਲਗਾਤਾਰ ਤੁਸੀਂ 2 ਘੰਟੇ ਜਿਹੜਾ ਬੱਸ ਸਟੈਂਡ ਬੰਦ ਰੱਖੇ ਸਾਰੇ ਪੰਜਾਬ 'ਚ। ਅੱਜ ਜਿਹੜੇ ਬੱਸ ਸਟੈਂਡ ਬੰਦ ਕੀਤੇ ਆ, ਸਾਡਾ ਮੁੱਖ ਕਾਰਨ ਇਹ ਹੈ ਕਿ ਪਿਛਲੇ ਦਿਨ ਅਸੀਂ ਜਿਹੜੀ ਹੜਤਾਲ ਕੀਤੀ ਸੀ 3 ਰੋਜ਼ਾ, 28, 29 ਅਤੇ 30 ਤਰੀਕ ਦੀ ਸਾਡੀ ਹੜਤਾਲ ਸੀ ਜੂਨ ਮਹੀਨੇ ਦੀ। ਉਸ ਹੜਤਾਲ ਦੌਰਾਨ ਪਟਿਆਲੇ ਦੇ ਪ੍ਰਸ਼ਾਸਨ ਨੇ ਸਾਡੀ ਟਰਾਂਸਪੋਰਟ ਮੰਤਰੀ ਨਾਲ 1 ਜੁਲਾਈ ਦੀ ਮੀਟਿੰਗ ਤੈਅ ਕਰਾਈ ਸੀ। ਉਸ ਮੀਟਿੰਗ ਵਿੱਚ ਟਰਾਂਸਪੋਰਟ ਮੰਤਰੀ ਜੀ ਵੱਲੋਂ ਸਾਡੇ ਤੋਂ ਪ੍ਰਪੋਜ਼ਲ ਮੰਗੀ ਗਈ ਸੀ ਕਿ ਕਿਸ ਤਰੀਕੇ ਨਾਲ ਤੁਹਾਡੇ ਮੁਲਾਜ਼ਮ ਨੇ ਜਿਹੜੇ ਉਹ ਪੱਕੇ ਕੀਤੇ ਜਾਣ। ਸੋ ਪ੍ਰਪੋਜ਼ਲ ਦੇਣ ਤੋਂ ਬਾਅਦ ਉਹਨਾਂ ਨੇ ਸਾਡੇ ਤੋਂ 7 ਦਿਨ ਦਾ ਸਮਾਂ ਮੰਗਿਆ ਸੀ, ਅਸੀਂ ਉਹਨਾਂ ਨੂੰ 14 ਦਿਨ ਦਾ ਸਮਾਂ ਦੇ ਚੁੱਕੇ ਹਾਂ। 10 ਤਰੀਕ ਤੱਕ ਸਾਡਾ ਪ੍ਰਪੋਜ਼ਲ ਦੇਣ ਦਾ ਸਮਾਂ ਸੀ, ਅਸੀਂ 10 ਤਰੀਕ ਨੂੰ ਪ੍ਰਪੋਜ਼ਲ ਦੇ ਆਏ। ਸੋ 24 ਤਰੀਕ ਤੱਕ ਉਹਨਾਂ ਦਾ ਸਾਨੂੰ ਸਭ ਕੈਬਨਿਟ ਦੀ ਮੀਟਿੰਗ ਬਿਠਾ ਕੇ ਅਤੇ ਪੱਕੇ ਕਰਨ ਦਾ ਵਾਅਦਾ ਸੀ ਕਿ ਤੁਹਾਨੂੰ ਕੈਬਨਿਟ ਦੀ ਮੀਟਿੰਗ ਬਿਠਾ ਕੇ ਪੱਕੇ ਕੀਤਾ ਜਾਏਗਾ। ਪਰ ਅੱਜ 26 ਤਰੀਕ ਹੋ ਗਈ, ਕੋਈ ਵੀ ਕੈਬਨਿਟ ਦੀ ਮੀਟਿੰਗ ਨਹੀਂ ਬਿਠਾਈ ਗਈ ਅਤੇ ਨਾ ਹੀ ਸਾਨੂੰ ਪੱਕੇ ਕੀਤਾ ਗਿਆ, ਨਾ ਹੀ ਟਰਾਂਸਪੋਰਟ ਮੰਤਰੀ ਨੇ ਦੁਬਾਰਾ ਰਾਬਤਾ ਕਾਇਮ ਕੀਤਾ ਕਿ ਤੁਹਾਡਾ ਹੱਲ ਆਉਣ ਵਾਲੇ ਸਮੇਂ 'ਚ ਕੱਢ ਰਹੇ। ਸਾਨੂੰ ਕੋਈ ਵੀ ਭਰੋਸਾ ਨਹੀਂ ਦਿੱਤਾ ਗਿਆ। ਸੋ ਇਸ ਕਾਰਨ ਕਰਕੇ ਅਸੀਂ ਅੱਜ ਜਿਹੜਾ ਵਾ ਸੰਕੇਤਕ ਰੂਪ 'ਚ 2 ਘੰਟੇ ਬੱਸ ਸਟੈਂਡ ਬੰਦ ਕਰਕੇ ਸਰਕਾਰ ਨੂੰ ਚੇਤਾਵਨੀ ਦੇ ਰਹੇ ਹਾਂ ਅਤੇ ਆਉਣ ਵਾਲੀ 3 ਅਤੇ 4 ਤਰੀਕ ਨੂੰ ਅਸੀਂ ਜਿਹੜੇ ਬੱਸ ਸਟੈਂਡ ਆ ਉਹ 4-4 ਘੰਟੇ ਬੰਦ ਕਰਕੇ ਪੰਜਾਬ ਸਰਕਾਰ ਦਾ ਪੁਤਲਾ ਫੂਕਾਂਗੇ ਅਤੇ ਉਸ ਤੋਂ ਬਾਅਦ 9-10 ਅਤੇ 11 ਜਿਹੜੀ ਅਗਸਤ ਆ, ਅਗਸਤ ਮਹੀਨੇ ਦੀ 9-10-11 ਨੂੰ ਅਸੀਂ 3 ਰੋਜ਼ਾ ਹੜਤਾਲ ਕਰਕੇ ਜਿਹੜੇ ਤਿੱਖੇ ਪ੍ਰੋਗਰਾਮ ਆ ਉਹਦੇ ਵਿੱਚ ਸਾਡਾ ਮੋਤੀ ਮਹਿਲ ਨੂੰ ਘੇਰਨ ਦਾ ਪ੍ਰੋਗਰਾਮ ਵੀ ਹੋ ਸਕਦਾ, ਸ਼ਿਸ਼ਵਾ ਫਾਰਮ ਨੂੰ ਘੇਰਨ ਦਾ ਪ੍ਰੋਗਰਾਮ ਹੋ ਸਕਦਾ ਕਿਉਂਕਿ ਅਸੀਂ ਮੁੱਖ ਮੰਤਰੀ ਨੂੰ ਘੇਰਨਾ ਅਤੇ ਜਾਂ ਫਿਰ ਨਵਜੋਤ ਸਿੰਘ ਸਿੱਧੂ, ਸਾਡਾ ਟਾਰਗੇਟ ਉਹ ਹੋ ਸਕਦਾ। ਅਸੀਂ ਪੰਜਾਬ ਦੀ ਸਰਕਾਰ ਨੂੰ ਆਪਦੇ ਜਿਹੜੇ ਤਿੱਖੇ ਰੂਪ ਆ ਵਿਖਾਉਣ ਦੇ ਲਈ ਮਜਬੂਰ ਹੋਵਾਂਗੇ। ਲਗਾਤਾਰ ਸੰਘਰਸ਼ ਕਰ ਰਹੇ ਹੈਗੇ ਹੋ, ਜੇ ਤੁਹਾਡੀ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ ਫਿਰ ਸੰਘਰਸ਼ ਹੋਰ ਤੇਜ਼ ਹੋਊਗਾ? ਜੇਕਰ ਸਾਡੀ ਇਸ ਹੜਤਾਲ ਵਿੱਚ ਸਾਡਾ ਕੋਈ ਮੰਗ ਵਾਲੇ ਪੂਰਤੀ ਨਹੀਂ ਹੁੰਦੀ ਸਾਡੀ, ਕਿਉਂਕਿ ਸਾਡੀਆਂ ਮੁੱਖ ਮੰਗਾਂ ਪੰਜਾਬ ਸਰਕਾਰ ਨੂੰ ਇਹੀ ਨੇ ਕਿ ਪੰਜਾਬ ਦੀ ਜਨਤਾ ਨੂੰ 10,000 ਸਰਕਾਰੀ ਬੱਸਾਂ ਦਿੱਤੀਆਂ ਜਾਣ ਅਤੇ ਪੰਜਾਬ ਦੇ ਜਿਹੜੇ ਕੱਚੇ ਮੁਲਾਜ਼ਮ ਆ ਪੱਕੇ ਕੀਤੇ ਜਾਣ। ਇਹੀ ਮੁੱਖ ਮੰਗਾਂ ਨੂੰ ਲੈ ਕੇ ਅਸੀਂ ਸੰਘਰਸ਼ ਕਰ ਰਹੇ ਹਾਂ। ਜੇਕਰ ਮੰਗਾਂ ਦੀ ਪੂਰਤੀ ਨਹੀਂ ਹੁੰਦੀ ਤਾਂ ਅਗਸਤ ਮਹੀਨੇ ਤੋਂ ਬਾਅਦ ਫਿਰ ਜਿਹੜੀ ਅਗਲੀ ਹੜਤਾਲ ਹੋਏਗੀ ਹੁਣ ਮਿੱਥੇ ਸਮੇਂ ਲਈ ਹੋਏਗੀ, ਫਿਰ ਪੰਜਾਬ ਰੋਡਵੇਜ਼ ਅਤੇ PRTC ਦਾ ਚੱਕਾ ਜਿਹੜਾ ਉਹ ਹੁਣ ਮਿੱਥੇ ਸਮੇਂ ਲਈ ਜਾਮ ਹੋਏਗਾ ਅਤੇ ਉਹਦੀ ਜ਼ਿੰਮੇਵਾਰ ਸਰਕਾਰ ਹੋਏਗੀ ਜਿਹੜੀਆਂ ਮੁਲਾਜ਼ਮਾਂ ਦੀਆਂ ਮੰਗਾਂ ਨਹੀਂ ਮੰਨ ਰਹੀ ਕਿਉਂਕਿ ਨੇ ਉਹ ਜਦੋਂ ਸੱਤਾ 'ਚ ਆਉਣਾ ਸੀ ਉਸ ਤੋਂ ਪਹਿਲਾਂ ਇਹ ਵਾਅਦਾ ਕੀਤਾ ਸੀ ਕਿ ਪਹਿਲੀ ਕੈਬਨਿਟ 'ਚ ਕੱਚੇ ਕਾਮਿਆਂ ਨੂੰ ਪੱਕੇ ਕਰਨ ਦਾ ਫੈਸਲਾ ਕਰਾਂਗੇ, ਪਰ ਹੁਣ ਤਾਂ ਲਗਭਗ ਸਰਕਾਰ ਖਤਮ ਹੋਣ ਦੇ ਕਿਨਾਰੇ ਆ। ਬਿਲਕੁਲ, ਜੇ ਦੇਖਿਆ ਜਾਵੇ ਤਾਂ ਅੱਜ ਪੰਜਾਬ ਰੋਡਵੇਜ਼ ਪਨਬੱਸ ਕੰਟਰੈਕਟ ਵਰਕਰ ਯੂਨੀਅਨ ਦੇ ਵੱਲੋਂ ਜਿਹੜਾ 2 ਘੰਟੇ ਬੱਸ ਸਟੈਂਡ ਬੰਦ ਰੱਖ ਕੇ ਜਿਹੜਾ ਰੋਸ ਪ੍ਰਦਰਸ਼ਨ ਕੀਤਾ ਗਿਆ। ਇਹਨਾਂ ਦਾ ਕਹਿਣਾ ਜੇਕਰ ਸਰਕਾਰ ਦੇ ਮੰਗ ਨਾ ਮੰਨੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਏਗਾ। ਕੈਮਰਾ ਪਰਸਨ ਰੇਸ਼ ਦੇ ਨਾਲ ਸਨੀ ਚੋਪੜਾ, ਲਿਵਿੰਗ ਇੰਡੀਆ ਨਿਊਜ਼, ਪੰਜਾਬ, ਫਿਰੋਜ਼ਪੁਰ।